बीबा लाइट आ गई। नहीं आई हजे। बीबा पानी दे। बीबा लाइट आ गई। नहीं। दादाजी किदा लग रही है? सोहनी लग रही है। वड्डी हो गई हुण तू, तेरे व्याह दी उम्र हो चली है। लो दादाजी तुस तो मेरे व्याह पीछे पै रहे ने, हाय तो मैं छोटी हां, बहुत सारा पढ़ना मैं हले। पढ़ ली ओ, तेनू कौन रोकदा है? दादू तोड़ा व्याह कदों होया सी, उस वेले दी कोई गल सुनाओ ना। जदो मेरा व्याह होया सी ना, ओदो तेरी दादी तेरी ही उम्र दी सी, बहुत पले वेले सी ओदो। घर च कोई कार्ज होना, सारिया ने कई दिन पहला ही आ जाना। जे कोई किसे नु कुछ कह भी दिंदा, ता कोई किसे गल दा गुस्सा नहीं सी करदा। वाओ दादा जी किन्ना वधिया जमाना सी ना। हुण ओना वेले अनु कौन पुछदा है? जी तुहानू पता कल साडे स्कूल च ने एक प्रोग्राम है, ते सानू ना पोएट्री लिखन लई कहे, मैं तुहाडे ते लिखी है, सुनावा? हां जरूर सुना। मेरे दादा प्यारे दादा, दुनिया दे न्यारे दादा, सानू खेडा नाल खिडौंदे, कहानियां चावा नाल सुनौंदे। किवें लगी दादा जी? बहुत सोहनी है। खुश रह सदा, बहुत बहुत पढ़ाइयां कर। आती है देखी बिजली आ गई के नहीं? मम्मा लाइट आ गई। प्रॉब्लम की है तुहाडी? सारा काम तो मेरा रुकया पया। अंदर कपड़े प्रेस करने वाले पए आ, वाशिंग मशीन च कपड़े धोने वाले पए आ, आरओ दा पानी तक नहीं बदलया गया हाले तक मेथों, होर 50 कम ने मेनू। ਤੁਸੀਂ ਕਿਹੜਾ ਕਸੀਦਾ ਕੱਢਣਾ ਬਿਜਲੀ ਦੇ ਬਲਬ ਦੇ ਅੱਗੇ, ਦੱਸੋ ਤਾਂ ਸਹੀ। ਤੀਏ ਲੈਫਟ ਬੰਦ ਸੀ, ਮੈਂ ਹੇਠਲੀ ਫਲੋਰ ਤੇ ਜਾਣਾ ਸੀਗਾ ਜ਼ਰਾ ਮਾਰਕੀਟ ਤੱਕ। ਨਾ ਇੱਕ ਦਿਨ ਮਾਰਕੀਟ ਨਾ ਜਾਓਗੇ ਤਾਂ ਕਿਹੜੀ ਆਖਿਰ ਆ ਚੱਲੀ ਹੈ? ਅੱਗੇ ਕੰਮ ਦਾ ਬੋਝ ਤੋਂ ਤੁਹਾਡੀਆਂ ਨਾ ਮੁੱਕਣ ਵਾਲੀਆਂ ਖਾਤਰਦਾਰੀਆਂ, ਤੰਗ ਆ ਚੁੱਕੀ ਮੈਂ ਸਭ ਕੁਛ ਤੋਂ। ਤੇ ਕੁੜੀਏ ਤੂੰ ਚੱਲ ਕੁੜੀਏ ਅੰਦਰ ਆਪਣੇ ਕਮਰੇ 'ਚ ਪੜ੍ਹਨਾ ਸ਼ੁਰੂ ਕਰ, ਜਦੋਂ ਦੇਖੋ ਕੋਲ ਬੈਠੀ ਰਹਿੰਦੀ ਹੈ, ਅਕਲ ਤੋਂ ਕੰਮ ਲਿਆ ਕਰ। ਹੁਣ ਠੀਕ ਹੋ ਐਕਸੀਡੈਂਟ ਕਰਾ ਕੇ? ਕਿਹਾ ਸੀ ਨਾ ਕਿ ਘਰ ਰਿਹਾ ਕਰੋ, ਪਰ ਨਹੀਂ ਹੁਣ ਪੈ ਗਈ ਨਾ ਮੁਸੀਬਤ। ਜੇ ਇੱਕ ਦਿਨ ਮਾਰਕੀਟ ਨਾ ਵੀ ਜਾਂਦੇ ਤਾਂ ਕੀ ਰਹਿ ਜਾਣਾ ਸੀ? ਪਹਿਲਾਂ ਹੀ ਘਰ ਦੇ ਕੰਮ ਨਹੀਂ ਮੁੱਕਦੇ, ਉੱਤੋਂ ਹੁਣ ਤੁਸੀਂ ਵੀ। ਐਕਸਕਿਊਜ਼ ਮੀ। ਹਾਂਜੀ ਰਿਪੋਰਟਸ ਆ ਚੁੱਕੀਆਂ ਇਹਨਾਂ ਦੀਆਂ, ਕੋਈ ਵੀ ਡੂੰਘੀ ਸੱਟ ਲੱਗਣ ਤੋਂ ਬਚਾ ਹੈ। ਕੱਲ੍ਹ ਤੁਸੀਂ ਇਹਨਾਂ ਨੂੰ ਘਰ ਲੈ ਕੇ ਜਾ ਸਕਦੇ ਹੋ। ਅਤੇ ਹਾਂ ਜਦੋਂ ਇਹਨਾਂ ਦਾ ਐਕਸੀਡੈਂਟ ਹੋਇਆ, ਇਹ ਸਮਾਨ ਇਹਨਾਂ ਕੋਲੋਂ ਸਾਨੂੰ ਮਿਲਿਆ ਸੀ, ਐਂਡ ਟੇਕ ਕੇਅਰ। बेटा आज 15 फरवरी है, तेरे जन्मदिन की तारीख। बर्फी बहुत पसंद आना तेनू, बस
ਉਹੀ ਲੈਣ ਗਿਆ ਸੀ ਬਾਜ਼ਾਰੋਂ। ਜੇ ਅੱਜ ਗਰਮੀ ਸਿਓ ਜਿਉਂਦਾ ਹੁੰਦਾ ਹੁਣ ਤਾਂ ਹੁਣੇ ਮੂੰਹ ਮਿੱਠਾ ਕਰਾ ਕੇ ਤੈਨੂੰ ਹੈਪੀ ਬਰਥਡੇ ਵੀ ਆਖ ਦੇਣਾ ਸੀ। ਗੁਰਮੀਤ ਸਿਓ ਦੇ ਜਾਣ ਤੋਂ ਬਾਅਦ ਹੁਣ ਤੁਸੀਂ ਹੀ ਤਾਂ ਮੇਰੇ ਧੀਆ ਪੁੱਤ ਹੈ। ਜਦੋਂ ਤੱਕ ਮੈਂ ਹੈਗਾ ਤੁਹਾਡੀਆਂ ਖੁਸ਼ੀਆਂ ਗਮੀਆਂ ਨੂੰ ਮੈਂ ਹੀ ਤਾਂ ਦੇਖਣਾ ਹੈ। ਅਕਸਰ ਲੋਕ ਕਹਿੰਦੇ ਹਨ ਬਜ਼ੁਰਗ ਘਰਾਂ ਦੇ ਤਾਲੇ ਹੁੰਦੇ ਆ। ਆਪਾਂ ਉਹਨਾਂ ਬਾਰੇ ਸੋਚੀਏ ਜਾਂ ਨਾ ਸੋਚੀਏ, ਪਰ ਉਹ ਸਭ ਦਾ ਧਿਆਨ ਜ਼ਰੂਰ ਰੱਖਦੇ ਆ। ਸੋ ਉਹਨਾਂ ਨੂੰ ਅਣਦੇਖਿਆ ਨਾ ਕਰੋ। ਪੇਸ਼ਕਸ਼ ਸੁੱਖ ਕੈਂਥ।